ਐਸਟੀਐਫ ਵੱਲੋਂ ਹਰ ਉਹ ਪ੍ਰਯਾਸ ਕੀਤਾ ਜਾ ਰਿਹਾ ਜਿਹਦੇ ਨਾਲ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਵੇ ਅਤੇ ਹਰ ਮਹੀਨੇ ਦੇ ਵਿੱਚ ਕੋਈ ਨਾ ਕੋਈ ਨਸ਼ਾ ਤਸਕਰ ਜਿਹੜੇ ਆ ਕਾਬੂ ਚੜ੍ਹਦੇ ਨੇ ਅਤੇ ਅੱਜ ਵੀ ਇੱਕ ਨਸ਼ਾ ਤਸਕਰ ਕਾਬੂ ਚੜ੍ਹਿਆ ਜਿਹੜਾ ਕਿ 1 ਕਿਲੋ ਹੀਰੋਇਨ ਦੇ ਨਾਲ ਕਾਬੂ ਆਇਆ। ਪਰ ਇਹਦੇ ਵਿੱਚ ਅਹਿਮ ਗੱਲ ਇਹ ਰਹੇਗੀ ਕਿ ਇੱਕ ਮੁਲਾਜ਼ਮ ਜਿਹੜਾ ਵਾ ਉਹਦੀ ਛਾਤੀ ਦੇ ਵਿੱਚ ਗੋਲੀ ਲੱਗੀ ਆ ਅਤੇ ਉਹ ਜ਼ਿੰਦਗੀ ਅਤੇ ਮੌਤ ਵਿੱਚ ਝੁਲਸ ਰਿਹਾ। ਸਾਡੇ ਨਾਲ ਐਸਟੀਐਫ ਦੀ IG RK ਜਸਵਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਸਰ, ਕਿਸ ਤਰ੍ਹਾਂ ਇਹਨੂੰ ਕਾਬੂ ਕੀਤਾ ਗਿਆ ਜਿਹੜਾ 1 ਕਿਲੋ ਹੀਰੋਇਨ ਦੇ ਨਾਲ ਫੜਿਆ ਗਿਆ? ਕੱਲ੍ਹ 9 ਤਾਰੀਖ ਦੀ ਗੱਲ ਹੈ, ਸਾਡੀ ਐਸਟੀਐਫ ਜਿਹੜੀ ਟੀਮ ਹੈ ਉਹਨੂੰ ਇਤਲਾਹ ਮਿਲੀ ਸੀਗੀ ਕਿ ਜੋ ਡਰੱਗਸ ਦੇ ਜਿਹੜੇ ਸਮਗਲਰਸ ਹੈ ਜੋ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਆ ਕੇ ਹੀਰੋਇਨ ਦੀ ਸਪਲਾਈ ਕਰਦੇ ਹਨ, ਉਹ ਅੱਜ ਆਪਣੇ ਕੰਸਾਈਨਮੈਂਟਸ ਲੈ ਕੇ ਅੰਮ੍ਰਿਤਸਰ ਵੱਲ ਜਾ ਰਹੇ ਹਨ। ਇਸ ਇਨਫੋਰਮੇਸ਼ਨ ਤੋਂ ਬਾਅਦ ਜਿਹੜੀ ਐਸਟੀਐਫ ਦੀ ਟੀਮ ਨੇ ਲੀਗਲ ਕਾਰਵਾਈ ਕਰਦੇ ਹੋਏ FIR ਲੌਂਚ ਕੀਤੀ ਔਰ ਉਹਨਾਂ ਦੀ ਤਲਾਸ਼ ਦੇ ਵਿੱਚ ਨਾਕਾ ਲਾਇਆ ਸੀਗਾ। ਉੱਥੇ ਇਹ ਜਿਹੜੇ ਦੋ ਡਰੱਗ ਸਮਗਲਰਸ ਜੋ ਮੋਟਰਸਾਈਕਲ ਤੋਂ ਆ ਰਹੇ ਸੀਗੇ ਉਹਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਐਸਟੀਐਫ ਦੀ ਜਿਹੜੀ ਟੀਮ ਹੈ ਉਹਨਾਂ ਦੇ ਨਾਲ ਇਹਦੀ ਮੁੱਠਫੇੜ ਹੋਈ। ਸਰ, ਇਹਨਾਂ ਦੋਨਾਂ ਦਾ ਕੀ ਨਾਮ ਸੀ ਅਤੇ ਪਿਛੋਕੜ ਕੀ ਇਹਨਾਂ ਦਾ, ਕਿੱਥੇ ਰਹਿੰਦੇ ਸੀ? ਇਹਨਾਂ ਦਾ ਨਾਂ ਇੱਕ ਕਰਮਜੀਤ ਸਿੰਘ ਹੈਗਾ, ਦੂਜੇ ਦਾ ਨਾਂ ਸ਼ੇਰਾ ਹੈ ਔਰ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਨੇ ਉੱਥੇ ਫਾਇਰਿੰਗ ਕੀਤੀ ਪੁਲਿਸ ਪਾਰਟੀ 'ਤੇ, ਜਿਹਦੇ ਵਿੱਚ ਕਾਂਸਟੇਬਲ ਗੁਰਸੇਵਕ ਸਿੰਘ ਜੋ ਐਸਟੀਐਫ ਦੀ ਟੀਮ ਦਾ ਉੱਥੇ ਮੈਂਬਰ ਸੀਗਾ ਹਾਜ਼ਰ ਸੀ, ਉਹਨੂੰ ਗੋਲੀ ਲੱਗੀ। ਬਟ ਗੋਲੀ ਲੱਗਣ ਤੋਂ ਬਾਵਜੂਦ ਵੀ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਔਰ ਉਹਨਾਂ ਨੂੰ ਜਿਹਨਾਂ ਨੇ ਗੋਲੀ ਮਾਰੀ ਸੀਗੀ ਉਹਨੂੰ ਉੱਥੇ ਮੌਕੇ 'ਤੇ ਕਾਬੂ ਕੀਤਾ। ਦੂਜਾ ਜਿਹੜਾ ਸਾਥੀ ਉਹਦਾ ਸੀਗਾ ਸ਼ੇਰਾ, ਉਹ ਉੱਥੋਂ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਬਾਅਦ ਦੇ ਵਿੱਚ ਉਹਦੀ ਤਲਾਸ਼ੀ ਲਿੱਤੀ ਗਈ ਅਤੇ ਉਹਦੇ ਕੋਲੋਂ 1 ਕਿਲੋ ਹੀਰੋਇਨ ਦੀ ਰਿਕਵਰੀ ਹੋਈ ਹੈ। ਬਾਕੀ ਉਸੇ ਵੇਲੇ ਜੋ ਕਾਂਸਟੇਬਲ ਗੁਰਸੇਵਕ ਸਿੰਘ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਕਿ ਉਹਦਾ ਇਲਾਜ ਚੱਲ ਰਿਹਾ ਹੈ। ਸਰ, ਇਹ 'ਚ ਕੋਈ ਸ਼ੱਕ ਨਹੀਂ ਹੈ, ਬਹਾਦੁਰ ਜਿਹੜੇ ਹੁੰਦੇ ਨੇ ਉਹ ਹਮੇਸ਼ਾ ਅੱਗੇ ਵੱਧਦੇ ਨੇ ਅਤੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ। ਉਹਦੇ 'ਤੇ ਅਸੀਂ ਜ਼ਰੂਰ ਆਵਾਂਗੇ। ਪਹਿਲੇ ਅਸੀਂ ਜਾਣਨਾ ਚਾਹਾਂਗੇ ਕਿ ਇਹ ਹੀਰੋਇਨ ਇਹਨਾਂ ਨੇ ਲਿਆਂਦੀ ਕਿੱਥੋਂ ਸੀ ਅਤੇ ਕਿੱਥੇ ਇਹਨਾਂ ਸਪਲਾਈ ਕਰਨੀ ਸੀ? ਹੁਣ ਤੱਕ ਦੀ ਜਿਹੜੀ ਤਫਤੀਸ਼ ਹੈ, ਜਿੰਨੀ ਪੁੱਛਗਿੱਛ ਕੀਤੀ ਗਈ ਹੈ, ਉਹਦੇ ਤੋਂ ਪਤਾ ਇਹ ਲੱਗਿਆ ਹੈਗਾ ਕਿ ਜੋ ਸ਼ੇਰਾ ਜਿਹੜਾ ਹੈਗਾ, ਸ਼ੇਰੇ ਦਾ ਇੱਕ ਬੰਦਾ ਵਾਕਫ ਹੈ ਜਿੱਥੋਂ ਉਹਨਾਂ ਨੇ ਹੀਰੋਇਨ ਉਹ ਲੈ ਕੇ ਆਏ ਸੀਗੇ। ਜਦੋਂ ਸ਼ੇਰੇ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਫਿਰ ਫਰਦਰ ਆਪਾਂ ਜਿਹੜਾ ਮੇਨ ਬੰਦਾ ਹੈਗਾ ਜਿਨ੍ਹਾਂ ਨੇ ਇਹ ਕੰਸਾਈਨਮੈਂਟਸ ਇਹਨਾਂ ਨੂੰ ਹੈਂਡਓਵਰ ਕੀਤਾ ਸੀਗਾ ਉਹਦੇ ਬਾਰੇ ਪਤਾ ਲੱਗੇਗਾ ਅਤੇ ਉਹਨੂੰ ਫਿਰ ਉਹਦੀ ਗ੍ਰਿਫਤਾਰੀ ਤੋਂ ਬਾਅਦ ਇਹ ਜਿਹੜੀ ਚੇਨ ਹੈ ਉਹ ਕੰਪਲੀਟ ਹੋਏਗੀ। ਜਿਹੜਾ ਫੜਿਆ ਗਿਆ ਬੰਦਾ ਉਹਦੇ ਥਰੂ ਪਤਾ ਨਹੀਂ ਲੱਗਦਾ ਪਿਆ ਕਿ ਸ਼ੇਰਾ ਇਸ ਵੇਲੇ ਕਿੱਥੇ ਹੋਏਗਾ? ਪੁੱਛਣ ਦੀ ਉਹਨੇ ਪੁੱਛਿਆ ਗਿਆ ਹੈ, ਅੱਜ ਉਹਦੀ ਪੁਲਿਸ ਰਿਮਾਂਡ ਜੋ ਹੈ ਲੈਣੀ ਹੈ। ਪੁਲਿਸ ਰਿਮਾਂਡ ਦੇ ਵਿੱਚ ਜਦੋਂ ਡਿਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਕਿ ਕੀ ਕੋਈ ਹਾਈਡ ਆਊਟਸ ਜਾਂ ਜਿੱਥੇ ਉਹ ਜਾ ਕੇ ਛੁਪ ਸਕਦਾ ਹੈ, ਅਤੇ ਬਾਕੀ ਸਾਡੀ ਐਸਟੀਐਫ ਪੁਲਿਸ ਪਾਰਟੀ ਆਲਰੇਡੀ ਉਹਦੀ ਤਲਾਸ਼ ਕਰ ਰਹੀ ਹੈ। ਹੈਰੋਇਨ ਤੋਂ ਇਲਾਵਾ ਹੋਰ ਕੀ ਉਹਦੇ ਕੋਲ ਬਰਾਮਦ ਹੋਇਆ? 32 ਬੋਰ ਦਾ ਰਿਵੋਲਵਰ ਉਹ ਬਰਾਮਦ ਹੋਇਆ ਹੈ ਜੋ ਕਿ ਲਾਈਸੈਂਸੀ ਹੈ ਇਹਦੇ ਮੁਤਾਬਿਕ, ਜਿਹਨੂੰ ਹਾਲੇ ਤਸਦੀਕ ਕਰਨਾ ਹੈ ਔਰ ਬਾਕੀ ਫਰਦਰ ਤਫਤੀਸ਼ ਜਾਰੀ। ਅਕਸਰ ਹੀ ਸਰ ਦੇਖਿਆ ਜਾਂਦਾ ਕਿ ਪਾਕਿਸਤਾਨ ਦੇ ਵਿੱਚੋਂ ਹੀ ਹੀਰੋਇਨ ਕਿਤੇ ਨਾ ਕਿਤੇ ਇੱਧਰ ਇੱਧਰਲੀ ਸਾਈਡ 'ਤੇ ਆਉਂਦੀ ਆ, ਇਹ ਜਿਹੜੇ ਹੈਗੇ ਸੀ ਜਿਹੜੇ ਪਾਕਿਸਤਾਨ ਦੇ ਨਾਲ ਲਿੰਕ ਹੋਣਗੇ ਇਹਨਾਂ ਦੇ ਜਾਂ ਕਿਸ ਤਰ੍ਹਾਂ? ਹਾਲੇ ਕੁਛ ਨਹੀਂ ਕਹਿ ਸਕਦੇ ਹਾਂ, ਜਦੋਂ ਤੱਕ ਮੇਨ ਜਿਹੜਾ ਮੁਲਜ਼ਮ ਹੈ ਔਰ ਜਦੋਂ ਤੱਕ ਇਹ ਚੇਂਜ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਹੈ, ਆਪਾਂ ਓਰੀਜਿਨ ਆਫ ਡਰੱਗਸ ਤੱਕ ਨਹੀਂ ਪਹੁੰਚਦੇ ਹਾਂ, ਉਸ ਵੇਲੇ ਤੱਕ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਪਾਕਿਸਤਾਨ ਤੋਂ ਆਇਆ ਸੀਗਾ ਜਾਂ ਕਿਹੜੀ ਸਾਈਡ ਤੋਂ ਆਇਆ ਹੈ।
ਬਟ ਇਹ ਜ਼ਰੂਰ ਹੈ ਕਿ ਸਾਡੀ ਜਿਹੜੀ ਟੀਮ ਹੈ ਉਹ ਆਲਰੇਡੀ ਇਹਦੀ ਤਫਤੀਸ਼ ਕਰ ਰਹੀ ਹੈ ਔਰ ਜਲਦੀ ਹੀ ਆਪਾਂ ਪਤਾ ਕਰ ਲਾਂਗੇ। ਸਰ ਇਹ 'ਚ ਕੋਈ ਸ਼ੱਕ ਨਹੀਂ ਕਿ ਐਸ ਟੀ ਐਫ ਬਖੂਬੀ ਆਪਣਾ ਕੰਮ ਨਿਭਾ ਰਹੀ ਹੈ, ਲਗਾਤਾਰ ਤਸਕਰ ਜਿਹੜੇ ਨੇ ਕਾਬੂ ਚੜ੍ਹਦੇ ਪਏ ਨੇ ਅਤੇ ਨਜ਼ਰ ਵੀ ਆ ਰਹੇ ਸਾਰਿਆਂ ਨੂੰ ਜੇਲ੍ਹ ਦੇ ਵਿੱਚ, ਜਿਸ ਤਰ੍ਹਾਂ ਨੈਟਵਰਕ ਚੱਲਦਾ ਪਿਆ ਵਾ ਨੇ ਜੇਲ੍ਹ ਦੇ ਵਿੱਚ, ਉਹਨਾਂ ਨੈਟਵਰਕਾਂ ਨੂੰ ਫੜਨ ਵਾਸਤੇ ਕੀ ਕੀਤਾ ਜਾ ਰਿਹਾ? ਜਿੱਥੇ ਵੀ ਤਫਤੀਸ਼ ਦੇ ਵਿੱਚ ਕੋਈ ਵੀ ਮੁਲਜ਼ਮ ਜੇ ਫਿਗਰ ਹੋ ਰਿਹਾ ਹੈ ਕਿ ਉਹ ਜੇਲ੍ਹ ਵਿੱਚ ਬੈਠ ਕੇ ਓਪਰੇਟ ਕਰ ਰਿਹਾ ਹੋ, ਉੱਥੇ ਆਪਾਂ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਚ ਲਾ ਕੇ ਉਹਦੀ ਤਫਤੀਸ਼ ਕਰਦੇ ਹਾਂ, ਉਹਨਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ। ਰਹੀ ਗੱਲ ਆਉਣ ਵਾਲੇ ਟਾਈਮ ਦੇ ਵਿੱਚ, ਜਿਹੜੀ ਜੇਲ੍ਹ ਅਥਾਰਟੀ ਹੈ ਉਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨੂੰ ਕਿਸ ਤਰੀਕੇ ਫੁੱਲ ਪਰੂਫ ਕੀਤਾ ਜਾ ਸਕੇ, ਕਿਸ ਤਰੀਕੇ ਜੋ ਜੇਲ੍ਹ ਦੇ ਵਿੱਚ ਜਿਹੜਾ ਜੋ ਇਹਨਾਂ ਦਾ ਜੋ ਕਮਿਊਨੀਕੇਸ਼ਨ ਨੈਟਵਰਕ ਹੈ ਉਹਨੂੰ ਕਿਸ ਤਰੀਕੇ ਬ੍ਰੇਕ ਕੀਤਾ ਜਾਏ, ਇਹ ਸਾਰੀਆਂ ਐਫਰਟਸ ਕੀਤੀਆਂ ਜਾ ਰਹੀ ਹੈ। ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਮੋਬਾਈਲ ਜੇ ਅਸੀਂ ਉਹ ਜੇਲ੍ਹ ਦੇ ਵਿੱਚੋਂ ਨੈਟਵਰਕ ਹੀ ਨਾ ਆਵੇ ਮੋਬਾਈਲਾਂ ਦਾ, ਅਤੇ ਉਹਦੇ ਨਾਲ ਕੋਈ ਹੱਲ ਹੋ ਸਕਦਾ ਕਿ ਬਿਲਕੁਲ ਨੈਟਵਰਕ ਹੀ ਬੰਦ ਹੋ ਜਾਏ, ਕੋਈ ਫੋਨ ਚੱਲੇ ਨਾ, ਕੋਈ ਇਸ ਤਰ੍ਹਾਂ ਦਾ ਕੋਈ ਸੋਚਿਆ ਜਾਏਗਾ? ਇਹਦੇ ਰਿਗਾਰਡਿੰਗ ਵੀ ਕਈ ਮੀਟਿੰਗ ਕੀਤੀ ਗਈ ਹੈ, ਕਿਉਂਕਿ ਟੈਕਨੋਲੋਜੀ ਜਿਹੜੀ ਹੈਗੀ ਆ, ਜਦੋਂ ਕੋਈ ਆਪਾਂ ਕੋਈ ਜੈਮਰ ਲਾਉਂਦੇ ਹਾਂ 2G ਜੇ ਲਾਓ ਤਾਂ ਫਿਰ ਥੋੜ੍ਹੇ ਦਿਨਾਂ ਬਾਅਦ 3G ਆ ਜਾਂਦਾ ਹੈ, 3G ਲਾਓ ਤਾਂ ਫਿਰ 4G ਆ ਜਾਂਦਾ ਹੈ, ਤਾਂ ਟੈਕਨੋਲੋਜੀਕਲ ਜਿਹੜੀਆਂ ਅਪਗ੍ਰੇਡੇਸ਼ਨ ਦੀ ਵੀ ਲੋੜ ਹੈ ਔਰ ਆਲਰੇਡੀ ਇਸ ਮੁੱਦੇ 'ਤੇ ਕੋਸ਼ਿਸ਼ ਹੋ ਰਹੀ ਹੈ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਚੰਗੇ ਪਰਿਣਾਮ ਇਹਦੇ ਮਿਲਣਗੇ ਔਰ ਸਾਡੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਜੋ ਉੱਥੇ ਬੈਠ ਕੇ ਜੋ ਆਪਣਾ ਨੈਟਵਰਕ ਚਲਾ ਰਹੇ ਹਨ ਉਹਨਾਂ ਨੂੰ ਉਹਦੀ ਲਿਸਟਿੰਗ ਵੀ ਕੀਤੀ ਜਾ ਰਹੀ ਹੈ, ਉਹਨੂੰ ਸੈਗਰੀਗੇਟ ਕਰਕੇ ਔਰ ਉਹ ਕੋਸ਼ਿਸ਼ ਹੋਏਗੀ ਕਿ ਸੋ ਉਹ ਉਹਨਾਂ ਦਾ ਜਿਹੜਾ ਨੈਟਵਰਕ ਹੈ ਉਹਨੂੰ ਖਤਮ ਕੀਤਾ ਜਾਵੇ। ਪੁਲਿਸ ਮੁਲਾਜ਼ਮ ਵਿੱਚ ਹੋਏਗਾ, ਉੱਥੇ ਵੀ ਕਾਰਵਾਈ ਉਸੇ ਤਰੀਕੇ ਨਾਲ ਹੋਏਗੀ? ਬਿਲਕੁਲ, ਤੁਸੀਂ ਦੇਖੋ ਪਿੱਛੇ STF ਨੇ ਜਿਹੜੀ ਕਾਰਵਾਈ ਕੀਤੀ ਸੀਗੀ, ਜਿੱਥੇ ਵੀ ਦੋ ਪੁਲਿਸ ਮੁਲਾਜ਼ਮ ਜਿਹੜੇ ਸੀਗੇ ਜਿਨ੍ਹਾਂ ਦੀ ਇਨਵੋਲਵਮੈਂਟ ਬਾਰੇ ਪਤਾ ਲੱਗਿਆ, ਇਮੀਡੀਏਟਲੀ ਕਾਰਵਾਈ ਕੀਤੀ ਗਈ। ਸਰ ਆਪਾਂ ਮੁਲਾਜ਼ਮ ਵਾਲਾ ਨੇ ਜਿਹੜਾ ਸਾਡਾ ਮੁਲਾਜ਼ਮ ਹੋਸਪਿਟਲ ਵਿੱਚ ਦਾਖਲ ਆ, ਉਹਦੇ ਵਾਸਤੇ ਕੀ ਕੀਤਾ ਜਾਏਗਾ ਉਹਦੀ ਬਹਾਦਰੀ ਵਾਸਤੇ? ਮੈਂ ਤੁਹਾਨੂੰ ਦੱਸਿਆ ਕਿ ਮੈਂ ਇਸ ਮੁਲਾਜ਼ਮ ਦਾ ਨਾਂ ਰਿਕਮੈਂਡ ਕਰ ਰਿਹਾ ਕਿ ਇਹਨੂੰ ਆਊਟ ਆਫ ਟਰਨ ਪ੍ਰਮੋਸ਼ਨਸ ਦਿੱਤਾ ਜਾਏ ਔਰ ਗਲੰਟਰੀ ਵਾਸਤੇ ਵੀ ਮੈਂ ਇਹਦਾ ਨਾਂ ਰਿਕਮੈਂਡ ਕਰੂੰਗਾ, ਲੇਕਿਨ ਸਭ ਤੋਂ ਪਹਿਲੇ ਤਾਂ ਮੈਂ ਇਹ ਅਰਦਾਸ ਕਰਦਾ ਹਾਂ ਕਿ ਉਹਦੀ ਸਿਹਤ ਜਲਦੀ ਠੀਕ ਹੋ ਜਾਏ ਔਰ ਉਹ ਦੁਬਾਰਾ ਡਿਊਟੀ ਦੇ ਕਾਬਿਲ ਹੋ ਸਕੇ। ਸਰ ਸਾਡੇ ਵੱਲੋਂ ਵੀ ਅਰਦਾਸ ਹੈ ਕਿ ਇਹ ਜਿਹੜਾ ਮੁਲਾਜ਼ਮ ਹੋਸਪਿਟਲ ਵਿੱਚ ਬੈਠਾ ਹੈ, ਜ਼ਿੰਦਗੀ ਅਤੇ ਮੌਤ ਵਿੱਚ ਜੂਝ ਰਿਹਾ, ਉਹਦੀ ਤਬੀਅਤ ਜਿਹੜੀ ਸਹੀ ਹੋਵੇ ਅਤੇ ਉਹ ਆਪਣੇ ਬੱਚਿਆਂ ਵਿੱਚ ਖੇਡ ਸਕੇ। ਗੱਲਬਾਤ ਕੀਤੀ ਹੈ IG RK ਜਸਵਾਲ ਦੇ ਨਾਲ, ਉਹਨਾਂ ਨੇ ਸਾਰੀ ਜਿਹੜੀ ਘਟਨਾ ਵਾ ਉਹ ਵਾਕਿਆ ਦੱਸਿਆ ਅਤੇ ਕਿਸ ਤਰੀਕੇ ਦੇ ਨਾਲ ਜਿਹੜੇ ਮੁਲਾਜ਼ਮ ਨੂੰ ਛਾਤੀ ਵਿੱਚ ਗੋਲੀ ਲੱਗੀ ਹੈ ਅਤੇ ਕਿਸ ਤਰੀਕੇ ਦੇ ਨਾਲ ਮੁਕਾਬਲਾ ਜਿਹੜਾ ਚੱਲਿਆ, ਅਤੇ STF ਕਦੀ ਵੀ ਪਿੱਛੇ ਨਹੀਂ ਜਾਏਗੀ, STF ਹਮੇਸ਼ਾ ਉਹਨਾਂ ਤਸਕਰਾਂ ਨੂੰ ਫੜਨ ਵਿੱਚ ਅੱਗੇ ਵਧੇਗੀ। ਕੈਮਰਾਮੈਨ ਦੀਪਕ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। ਐਟ ਪਿਰਾਮਿਡ ਦ ਓਨਲੀ ਥਿੰਗ ਦੈਟ ਇਨਸਪਾਇਰਸ ਅਸ ਦ ਮੋਸਟ ਇਜ਼ ਆਰ ਕਸਟਮਰ ਐਂਡ ਵੀ ਆਰ ਟੋਟਲੀ ਕਮਿਟਡ ਟੂ ਦ ਸਕਸੈਸ ਆਫ ਆਰ ਸਟੂਡੈਂਟਸ ਐਂਡ ਕਸਟਮਰਸ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਾਮਿਡ ਵੀਜ਼ਾ, ਇੱਕ ਵਧੀਆ ਜ਼ਿੰਦਗੀ ਲਈ।